ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੋਹਿਮ ਪ੍ਰਵਾਨ ਚੜ੍ਹਦੀ ਨਜ਼ਰ ਆ ਰਹੀ ਹੈ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਉਹਨਾਂ ਦੇ ਅੰਦੋਲਨ ਨੂੰ ਆਮ ਲੋਕ ਸਿਆਸਤਦਾਨਾਂ ਤੇ ਕਲਾਕਾਰਾਂ ਵੱਲੋਂ ਹੰਗਾਰਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ 'ਚ ਬੰਦ ਸਿੱਖ ਨੌਜਵਾਨ ਜੋ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਭੁਖ ਹੜਤਾਲ ਉੱਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਅੰਦੋਲਨ ਸ਼ੁੱਕਰਵਾਰ ਨੂੰ 37ਵੇਂ ਦਿਨ 'ਚ ਪਹੁੰਚ ਗਿਆ ਹੈ। ਹੁਣ ਭਾਈ ਖਾਲਸਾ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਮਾਜ ਦੇ ਵੱਖ-ਵੱਖ ਆਧਾਰਿਆਂ ਤੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਸ਼ੁਕਰਵਾਰ ਨੂੰ ਭਾਈ ਖਾਲਸਾ ਨੂੰ ਮਿਲਣ ਲਈ ਪੰਜਾਬੀ ਸਿਨੇਮਾ ਦੇ ਉੱਬਰ ਦੇ ਅਦਾਕਾਰ ਕਰਤਾਰ ਚੀਮਾ ਵੀ ਮੁਹਾਲੀ ਦੇ ਗੁਰਦੁਆਰਾ ਅਮਸਾ ਪਹੁੰਚੇ ਕਰਤਾਰ ਚੀਮਾ ਨੇ ਭਾਈ ਗੁਰਪਖ ਸਿੰਘ ਖਾਲਸਾ ਦੇ ਅੰਦੋਲਨ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਉਹ ਮਨੁੱਖਤਾ ਦੀ ਲੜਾਈ ਲੜ ਰਹੇ ਨੇ ਤੇ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹਦੇ ਵਿੱਚ ਇੱਕੋ ਹੀ ਕਹਿਣਾ ਹੈ ਇਹ ਕਿਸੇ ਧਰਮ ਦੀ ਨਹੀਂ ਜਾਂ ਕਿਸੇ ਦੀ ਨਹੀਂ ਇੱਕ ਮਨੁੱਖਤਾ ਦੇ ਨਾਤੇ ਸਾਡਾ ਇੱਕ ਰਿਸ਼ਤਾ ਬਣਦਾ ਹੈ ਅਸੀਂ ਕਿਸੇ ਵੀ ਧਰਮ ਤੋਂ ਹੋਈਏ ਪਰ ਅਸੀਂ ਹੈਗੇ ਮਨੁੱਖਾਂ ਸਾਡਾ ਮਨੁੱਖਤਾ ਦੇ ਨਾਂ ਦੇ ਆਪਸ ਦੇ ਵਿੱਚ ਰਿਸ਼ਤਾ ਬਣਦਾ ਹੈ ਕਿ ਅਸੀਂ ਭਾਈ ਸਾਹਿਬ ਦਾ ਸਾਥ ਦੇਈਏ ਸਾਡੇ ਸਿੱਖੀਸਮ ਦੇ ਵਿੱਚ ਵੀ ਹੈਗਾ ਇਹ ਸਾਰੇ ਧਰਮਾਂ ਦੇ ਵਿੱਚ ਵੀ ਹੈਗਾ ਕਿਉਂਕਿ ਇੱਕ ਦੂਜੇ ਦੀ ਮਦਦ ਕਰਨਾ ਅਸੀਂ ਇਨਸਾਨਾਂ ਇਨਸਾਨਾਂ ਨਾਲ ਹੀ ਲੜਾਈ ਕਰ ਰਹੇ ਹਾਂ ਤੇ ਇਨਸਾਨਾਂ ਦੇ ਨਾਲ ਕਰ ਰਹੇ ਹਾਂ ਇਨਸਾਨਾਂ ਦੇ ਖਿਲਾਫ ਕਰ ਰਹੇ ਹਾਂ ਕਿਵੇਂ ਵੀ ਹੈ ਪਰ ਜੋ ਸੱਚ ਹੈ ਸਾਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਅਸੀਂ ਭਾਈ ਸਾਹਿਬ ਦੇ ਨਾਲ ਹਾਂ ਸਾਡੇ ਤੋਂ ਜੋ ਵੀ ਹੋਵੇਗਾ ਜੁੱਥੋਂ ਤੱਕ ਸਾਡਾ ਵਾਸ ਚੱਲੇਗਾ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਜੋ ਕਿ ਖੰਨਾ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਕਿਹਾ ਕਿ ਜੇ ਸਰਕਾਰ ਇਹਨਾਂ 6 ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕਰਦੀ ਹੈ ਤਾਂ ਉਹਨਾਂ ਦੇ ਪਰਿਵਾਰ ਨੂੰ ਇਸ ਉੱਤੇ ਇਤਰਾਜ਼ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਆਪਣੇ ਤਰੀਕੇ ਨਾਲ ਆਪਣਾ ਅੰਦੋਲਨ ਕਰ ਰਹੇ ਨੇ ਪਰ ਉਹਨਾਂ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਜੇ 6 ਸਿੰਘਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਨਹੀਂ ਅਗਰ ਕੋਈ ਸਰਕਾਰ ਵੱਲੋਂ ਇਸ ਗੱਲ ਦਾ ਕੋਈ ਪ੍ਰਸਤਾਵ ਆਉਂਦਾ ਕਿਉਂਕਿ ਇਸ ਗੱਲ ਦੀ ਮੰਗ ਜਿਹੜੀ ਆ ਕਾਫੀ ਸਮੇਂ ਤੋਂ ਉੱਠਣ ਲੱਗੀ ਹੈ ਤਾਂ ਜਿਹੜੇ ਕੈਦੀ ਤਕਰੀਬਨ 18 ਤੋਂ 20 ਸਾਲ ਹੋ ਗਏ ਜਿਨ੍ਹਾਂ ਨੂੰ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਅਗਰ ਉਹਨਾਂ ਨੂੰ ਸਰਕਾਰ ਰਿਹਾ ਕਰਨਾ ਚਾਹੁੰਦੀ ਆ ਪਰੋਲ ਤੇ ਕਰਨਾ ਚਾਹੁੰਦੀ ਆ ਜਾਂ ਆਮ ਰਿਹਾਈ ਦੇਣਾ ਚਾਹੁੰਦੀ ਆ ਤਾਂ ਉਹਦੇ ਵਿੱਚ ਸਰਪੰਚ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਦੇਖਦਾ ਹੋਇਆ ਇਹੀ ਚਾਹੁੰਦਾ ਕਿ ਇਹਦੇ ਵਿੱਚ ਕੋਈ ਸਾਨੂੰ ਆਬਜੈਕਸ਼ਨ ਨਹੀਂ ਤੇ ਸਾਨੂੰ ਕੋਈ ਆਪੱਤ ਨਹੀਂ ਭਾਈ ਗੁਰਬਖ ਸਿੰਘ ਖਾਲਸਾ ਦੇ ਸੰਘਰਸ਼ ਨੂੰ ਮਿਲ ਰਿਹਾ ਹੈ ਭਾਰੀ ਸਮਰਥਨ ਨਾਲ ਇੱਕ ਲੋਕ ਲਹਿਰ ਖੜੀ ਹੋ ਗਈ ਹੈ ਹੁਣ ਦੇਖਣਾ ਹੈ ਕਿ ਸਰਕਾਰ ਭਾਈ ਖਾਲਸਾ ਦੇ ਸਾਹਮਣੇ ਚੁੱਕਦੀ ਹੈ ਜਾਂ ਨਹੀਂ ਮੁਹਾਲੀ ਤੋਂ ਕੈਮਰਾਮੈਨ ਹਰਵਿੰਦਰ ਲਾਲੀ ਅਤੇ ਪੱਤਰਕਾਰ ਮਨੀਸ਼ ਨਾਗਰ ਦੇ ਨਾਲ ਇੰਦਰਪਾਲ ਸਿੰਘ ਦੇ ਆ ਨਾਈਟ ਨਿਊਜ਼ ਪਾਈ ਗੁਰਬਖਸ਼ ਸਿੰਘ ਖਾਲਸਾ ਦੇ ਸਮਰਥਨ ਨੂੰ ਜਿੱਥੇ ਦੇਸ਼ ਵਿਦੇਸ਼ ਵਿੱਚ ਲਗਾਤਾਰ ਹਮਾਇਤ ਮਿਲਨੀ ਜਾ ਰਹੀ ਹੈ ਉੱਥੇ ਹੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਗਈ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਇਹ ਪਟੀਸ਼ਨ ਦਾਖਲ ਕੀਤੀ ਹੈ ਮਹਾਲੀ ਦੀ ਵਕੀਲ ਮਨਦੀਪ ਕੌਰ ਨੇ ਜਿਨ੍ਹਾਂ ਨੇ ਆਪਣੇ ਵਕੀਲ ਦਲੀਪ ਮਹਾਜਨ ਰਾਹੀਂ ਜਨਹਿਤ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਹੈ ਅਤੇ ਇਸ ਸਮੇਂ ਉਹ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਮਨਦੀਪ ਕੌਰ ਜੀ ਤੇ ਦਲੀਪ ਮਹਾਜਨ ਨੂੰ ਤੁਹਾਡਾ ਸਾਰਿਆਂ ਦਾ ਸਾਡੇ ਸਟੂਡੀਓ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਨਦੀਪ ਕੌਰ ਜੀ ਪੁੱਛਣਾ ਕਿਸ ਸਹਾਰ ਤੇ ਪਾਈਏ ਕੀ ਸੋਚ ਕੇ ਪਾਈਏ ਜਿਹੜੇ ਗੁਰਬਖਸ਼ ਸਿੰਘ ਖਾਲਸਾ ਜੀ ਦੀ ਮੌਮ ਚੁੱਕੀ ਆ ਜਿਹੜੀ ਉਹਨਾਂ ਨੇ ਤੇ ਉਹਦੇ ਵਿੱਚ ਜਿੰਨੇ ਵੀ ਡਿਟੇਲਿਸ ਐ ਸੀ ਉਹਨਾਂ ਦੀ ਸਜ਼ਾ ਭੁਗਾ ਚੁੱਕੇ ਆ ਕੰਪਲੀਟ ਹੋ ਚੁੱਕੀ ਐ ਪਰ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਉਹਨਾਂ ਨਾਲ ਜੋ ਇਨਜਸਟਿਸ ਹੋ ਰਿਹਾ ਉਹਨਾਂ ਨੂੰ ਇਨਸਾਫ ਦਿਲਾਉਣ ਵਾਸਤੇ ਅਸੀਂ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਤਰਕ ਕੀਤੀ ਹੈ ਇਸ ਵਿੱਚ ਤੁਸੀਂ ਕਿਹੜੇ ਕਿਹੜੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਮੰਗ ਕੀਤੀ ਗਈ ਹੈ ਇਸ ਪਟੀਸ਼ਨ ਦੇ ਵਿੱਚ ਇਸ ਵਿੱਚ ਸਾਡੇ ਜੁਡੀਕਸ਼ਨ ਵਿੱਚ ਜਿਹੜੇ 6 ਬੰਦੇ ਆਂਦੇ ਆ ਅਸੀਂ ਉਹਨਾਂ ਦੇ ਵਾਸਤੇ ਹੀ ਕੀਤੀ ਹੈ ਇਸ ਟਾਈਮ ਤੇ ਇਹਦੇ ਵਿੱਚ ਤੁਸੀਂ ਹੋਰ ਕਿਹੜੀਆਂ ਕਿੜੀਆਂ ਰਿਹਾਈ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਮੰਗ ਰੱਖੀ ਹੈ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੇ ਕਿ ਗਿਲਟੀ ਅਫੀਸ਼ੀਅਲਸ ਹੈ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਦੂਸਰਾ ਉਹਨਾਂ ਨੂੰ ਜਿਹੜੇ ਸਜ਼ਾ ਪੂਰ ਚੁੱਕੇ ਆਂ ਚਾਹਲੇ ਉਹਨਾਂ ਦੀ ਉਹਨਾਂ ਨੂੰ ਛੋੜਿਆ ਨਹੀਂ ਗਿਆ ਰਿਲੀਜ਼ ਨਹੀਂ ਕੀਤਾ ਗਿਆ ਉਸਦੇ ਵਾਸਤੇ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਏ ਤੇ ਜਿਹੜੇ ਉਹਦੇ ਵਿੱਚ ਇੱਕ ਦੱਸਿਆ ਜਾ ਰਿਹਾ ਹੈ ਕਿ ਇੱਕ ਜਦੋਂ ਇਹ ਸਜ਼ਾ ਦਿੱਤੀ ਗਈ ਸੀ ਉਹਨਾਂ ਦੇ ਵਿੱਚੋਂ 6 ਦੇ ਵਿੱਚੋਂ ਇੱਕ ਇੱਕ ਜਿਹੜਾ ਕੈਦੀ ਸੀ ਉਹਦੀ ਉਮਰ 14 ਸਾਲ ਦੀ ਉਹ ਉਸ ਵੇਲੇ ਜਦੋਂ ਕਿ ਉਹਦੀ ਹੁਣ ਉਮਰ 37 ਸਾਲ ਹੋ ਚੁੱਕੀ ਹੈ ਤੇ ਇੱਕ ਇਹੋ ਜਿਹਾ ਹੀ ਕਤਲ ਦਾ ਹੋਰ ਮਾਮਲਾ ਜਿਹੜਾ ਦਿੱਲੀ ਦੇ ਵਿੱਚ ਵਾਪਰਿਆ ਸੀ ਜੁਵਨਲ ਕੋਰਟ ਦੇ ਤਹਿਤ ਇੱਕ ਨਵਾਲਗ ਨੂੰ 3 ਸਾਲ ਦੀ ਸਜ਼ਾ ਦਿੱਤੀ ਗਈ ਹੈ ਜਦਕਿ ਉਹ ਉਸ ਉਹਦੀ ਉਮਰ ਹੁਣ 37 ਸਾਲ ਹੋ ਚੁੱਕੀ ਹੈ ਜਿਹੜਾ ਕਿ ਇਸ ਕੇਸ ਦੇ ਵਿੱਚ ਹੈ ਕਿ ਉਹਨਾਂ ਨੂੰ ਹੁਣ ਕੀ ਇਹ ਦੋਨੋਂ ਕੋਈ ਵੱਖੋ ਵੱਖਰੇ ਕੇਸ ਹੈ ਜੀ ਨਹੀਂ ਇਹ ਇੱਕ ਹੀ ਹੈ ਕਿ ਉਸ ਦੇ ਵਿੱਚ ਇੱਕ ਮਾਇਨਰ ਹੋ ਸੀ ਉੱਚ ਵੀ ਤਾਂ ਕਤਲ ਹੀ ਹੋਇਆ ਸੀ ਤੇ ਇੱਥੇ ਵੀ ਕੋਈ ਕਤਲ ਹੀ ਹੋਇਆ ਸੀ ਤੇ ਇਸ ਵਿੱਚ ਨਹੀਂ ਇੰਨਾ ਲੰਬਾ ਨਹੀਂ ਉਸ ਨੂੰ ਜਾਣਾ ਚਾਹੀਦਾ ਸੀ ਉਹਦੇ ਵਿੱਚ ਮੈਂ ਦਲੀਪ ਦਲੀਪ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਹਾਂ ਵੀ ਇਹ ਵੀ ਉੱਚ ਵੀ ਕਤਲ ਹੀ ਹੋਇਆ ਸੀ ਤੇ ਇਹ ਜਿਹੜਾ ਦਿੱਲੀ ਵਿੱਚ ਵਾਪਰਿਆ ਸੀ ਨਵਾਲਗ ਦੇ ਨਾਲ ਤੇ ਜਦੋਂ ਕਿ ਇੱਧਰ ਵੀ ਇੱਕ ਜੁਵੇਨਲ ਦੇ ਤਹਿਤ ਹੀ ਇੱਕ 14 ਸਾਲ ਦੇ ਬੱਚਾ ਹੀ ਹੁੰਦਾ ਆ ਕਿ ਉਹਨੂੰ ਨਵਾਲਗ ਆ ਤਾਂ ਉਹਨੂੰ ਉਦੀ ਉਮਰ ਹੁਣ 37 ਸਾਲ ਹੋ ਚੁੱਕੀ ਹੈ ਹਾਲੇ ਤੱਕ ਉਹਦੀ ਸਜ਼ਾ ਪੂਰੀ ਹੋ ਚੁੱਕੀ ਪਰ ਹਾਲੇ ਤੱਕ ਰਿਹਾਨ ਨਹੀਂ ਕੀਤਾ ਗਿਆ ਕੀ ਕੀ ਕਹਿਣਾ ਹੈ ਤੁਹਾਡਾ ਉਹਨੂੰ ਇੱਕ ਵਾਰੀ ਪੈਰੋਲ ਤੱਕ ਨਹੀਂ ਦਿੱਤੀ ਗਈ ਔਰ ਜਦ ਕਿ ਜਿਹੜਾ 17 ਸਾਲ ਦਾ ਜੁਵਨਾਈਲ ਕਰਕੇ 3 ਸਾਲ ਲਈ ਨੂੰ ਸਿਰਫ ਅੰਦਰ ਭੇਜਿਆ ਗਿਆ ਸਾਡੇ ਹਿਸਾਬ ਨਾਲ ਉਹ ਜ਼ਿਆਦਾ ਹੀਨਿਸ ਕ੍ਰਾਈਮ ਹੈ ਕਿਉਂਕਿ ਜਿਹੜਾ 17 ਸਾਲ ਵਾਲਾ ਦਿੱਲੀ ਗੈਂਗ ਰੇਪ ਵਾਲਾ ਕੇਸ ਹੈਗਾ ਉਹਦੇ ਵਿੱਚ ਉਹ 휴ਮੈਨਿਟੀ ਦੀ ਸਾਰੀ ਹੱਦਾਂ ਪਾਰ ਕਰ ਗਿਆ ਸੀਗਾ ਔਰ ਉਹਦੇ ਕੋ-ਐਕਿਊਜ਼ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਕੋਰਟ ਨੇ ਇੱਕ ਫਾਂਸੀ ਦੀ ਸਜ਼ਾ ਤੱਕ ਸੁਣਾਈ ਹੈ ਮਗਰ ਉਹਨੂੰ ਸਿਰਫ 3 ਸਾਲ ਦੀ ਕੈਦ ਦੇਣਾ ਔਰ ਦੂਜੇ ਪਾਸੇ 14 ਸਾਲ ਦੇ ਬੱਚੇ ਨੂੰ ਅੰਦਰ ਕਰਕੇ 37 ਸਾਲ ਦਾ ਬੰਦਾ ਹੋ ਗਿਆ ਯਾਨੀ ਉਹਦੀ ਪੂਰੀ ਲਾਈਫ ਨਿਕਲ ਗਈ ਹਾਂਜੀ ਜਦਕਿ ਹਿੰਦੁਸਤਾਨ ਦਾ ਲਾਅ ਇਹ ਕਹਿੰਦਾ ਪਿਆ ਹੈ ਹਾਂਜੀ ਕਿ ਮੈਕਸਿਮਮ ਇੰਪ੍ਰਿਜ਼ਨਮੈਂਟ 20 ਸਾਲ ਦੀ ਹੁੰਦੀ ਹੈ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਜਿਹੜੀ ਡੇ ਨਾਈਟ ਕੱਟ ਕੇ 14 ਸਾਲ ਦੀ ਰਹਿ ਜਾਂਦੀ ਹੈ ਠੀਕ ਹੈ ਔਰ ਇਹ ਸਾਰੇ ਜਿੰਨੇ ਵੀ ਕਹਦੀ ਅਸੀਂ 6 ਦੀ ਗੱਲ ਕਰ ਰਹੇ ਹਾਂ ਵੈਸੇ 119 ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਪੂਰੇ ਹਿੰਦੁਸਤਾਨ ਦੇ ਅਲੱਗ-ਅਲੱਗ ਜੇਲ੍ਹਾਂ ਚ ਪੰਟਾ ਗਿਆ ਤੇ ਅਸੀਂ ਇਹ ਕਹਿ ਰਹੇ ਇਹਨਾਂ ਜੋ ਇੱਕਦੀ ਬਰਿਆਮ ਸਿੰਘ ਜੀ ਅਗੇ ਜਿਹੜੇ 73 ਸਾਲ ਦੇ ਐ ਜਿਨ੍ਹਾਂ ਨੂੰ ਅੱਖਾਂ ਚੋਂ ਵੀ ਨਹੀਂ ਦਿਖਦਾ ਸਾਨੂੰ ਪਤਾ ਲੱਗਿਆ ਕਿ ਵੀ ਉਹਨਾਂ ਤੱਕ ਨੂੰ ਉਹ ਹਲੇ ਰਿਹਾਏ ਨਹੀਂ ਦਿੱਤੇ ਜਾਂਦੇ ਕਿ ਇਹਨਾਂ ਨੂੰ ਛੱਡਣਾ ਸ਼ਾਂਤੀ ਪੰਗ ਹੋਏਗੀ ਉਹਨਾਂ ਨੂੰ ਪੰਜਾਬ ਉਹਦੀ ਉਮਰ 73 ਸਾਲ ਹੋ ਚੁੱਕੀ ਆ ਬਜ਼ੁਰਗ ਹੋ ਚੁੱਕੇ ਉਹਨੂੰ ਪੰਜਾਬ ਸਰਕਾਰ ਨੂੰ ਉਤੋਂ ਕੀ ਡਰਿਆ ਇਹ ਤਾਂ ਪੰਜਾਬ ਸਰਕਾਰ ਬੈਟਰ ਜਾਣਦੀ ਹੈ ਕਿ ਕਾਨੂੰਨ ਕੀ ਕਹਿੰਦਾ ਹੈ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਕਹਿੰਦੇ ਨੇ ਕਿ ਪੰਜਾਬ ਗਵਰਨਮੈਂਟ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਆ ਉਹ ਇਹਨਾਂ ਨੂੰ ਉਹਨਾਂ ਦੀ ਵਸਤੀ ਗੱਲ ਨਹੀਂ ਇਹਨਾਂ ਨੂੰ ਰਿਹਾ ਕਰਨਾ ਬਾਦਲ ਸਾਹਿਬ ਬਿਲਕੁਲ ਠੀਕ ਕਹਿੰਦੇ ਮੇਰੇ ਹਿਸਾਬ ਨਾਲ ਕਿਉਂਕਿ ਬਾ ਕੁੱਤ ਸਰਕਾਰ ਦੇ ਚੀਫ ਮਿੰਿਸਟਰ ਹੋਣ ਦੇ ਨਾਤੇ ਇਹ ਗੁਰਬਖਸ਼ ਸਿੰਘ ਖਾਲਸਾ ਜੀ ਦੀ ਮੂਵਮੈਂਟ ਤੋਂ ਪਹਿਲੇ ਉਹਨਾਂ ਨੂੰ ਇਹ ਸਟੈਪ ਚੁੱਕਣਾ ਚਾਹੀਦਾ ਸੀਗਾ ਇੱਕ ਸਰਕਾਰੀ ਜ਼ਿੰਮੇਵਾਰ ਅਹੁਦੇ ਤੇ ਹੋਣ ਦੇ ਨਾਤੇ ਉਹਨਾਂ ਨੂੰ ਇਹ ਸਟੇਟ ਦਾ ਕੰਮ ਹੈ ਕਿ ਉਹ ਸਟੇਟ ਦੀ ਵੈਲਫੇਅਰ ਦੇਖੇ ਹਰ ਬੰਦੇ ਦੀ ਵੈਲਫੇਅਰ ਦੇਖੇ ਕਿੱਥੇ ਨਾ ਇਨਸਾਫੀ ਹੋ ਰਹੀ ਹੈ ਔਰ ਜਿਹੜੇ ਬੰਦੇ ਇੱਕ ਹੁੰਦੇ ਵੀ ਆਮ ਜਨਤਾ ਹੈ ਉਹਨਾਂ ਨੂੰ ਨਾ ਇਨਸਾਫੀ ਤਾਂ ਪਤਾ ਨਹੀਂ ਲੱਗਿਆ ਜਿਹੜੇ ਜੇਲਾਜੂ ਬੈਠੇ ਹੁੰਦਾ ਰਿਕਾਰਡ ਹੈ ਉਹ ਅਗਰ ਬਾਦ ਸਭ ਕਹਿੰਦੇ ਜੀ ਅਸੀਂ ਹਾਲੇ ਕੁਝ ਨਹੀਂ ਕਰ ਸਕਦੇ ਤੇ ਫਿਰ ਕਦੋਂ ਕਰਨਗੇ ਉਹਨਾਂ ਨੂੰ ਤਰਕ ਦਿੱਤਾ ਜਾਂਦਾ ਹੈ ਕਿ ਕਈਆਂ ਦੇ ਜਦੋਂ ਕਿ ਜੇ ਮੁੰਬਈ ਧਮਾਕਿਆਂ ਦੇ ਵਿੱਚ ਸੰਜੇ ਦਾਤ ਤੇ ਵੀ ਟਾੜਾ ਹੀ ਲੱਗਾ ਹੈ ਤੇ ਉਹ ਤਾਂ ਕਈ ਵਾਰ ਉਹਨਾਂ ਨੂੰ ਇੱਕ ਤੇ ਪੰਜ ਸਾਲ ਦੀ ਕੈਦ ਹੋਈ ਆ ਇੱਕ ਉਹ ਕਈ ਵਾਰਾ ਪੈਰੋਲ ਤੇ ਬਾਹਰ ਆ ਗਏ ਪਰ ਜਦੋਂ ਕਿ ਇਹਨਾਂ ਨੂੰ ਅਜੇ ਤੱਕ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਨਾ ਤਾਂ ਕਦੀ ਪੈਰੋਲ ਤੇ ਬਾਹਰ ਆਏ ਆ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿਉਂਕਿ ਉਹਨਾਂ ਦੀ ਸੰਜੇ ਦਾਤ ਦੀ ਸਜ਼ਾ ਟਾੜਾ ਦੇ ਹੋਣ ਦੇ ਵਿੱਚ ਬਾਵਜੂਦ ਆਰਮਜ਼ ਐਕਚੁਅਲ ਲੱਗਣ ਦੇ ਬਾਵਜੂਦ ਉਹਨਾਂ ਦੀ ਸਪੈਸੀਫਿਕ ਪੀਰੀਅਡ ਦੀ ਸਜ਼ਾ ਹੈ ਇਹਨਾਂ ਦੀ ਤਾਂ ਅਨਲਿਮਿਟਿਡ ਸਜ਼ਾ ਹੋ ਗਈ ਜਦ ਕਿ ਦੇਸ਼ ਦਾ ਕਾਨੂੰਨ ਕਿਤੇ ਵੀ ਇਹ ਚੀਜ਼ ਮੈਨੇ ਮੁਹਈਆ ਨਹੀਂ ਕਰਾਂਦਾ ਅਸੀਂ ਇਸੇ ਕਰਕੇ ਆ ਪਟੀਸ਼ਨ ਜਿਹੜੀ ਮਨਦੀਪ ਕੌਰ ਜੀ ਨੇ ਪਾਈ ਹੈਗੀ ਹੈ ਇਹਦੇ ਵਿੱਚ ਅਸੀਂ ਆਰਟੀਕਲ 21 ਔਰ ਆਰਟੀਕਲ 14 ਯਾਨੀ ਡਿਸਕ੍ਰਿਮੀਨੇਸ਼ਨ ਨਾ ਔਰ ਰਾਈਟ ਟੂ ਲਿਬਰਟੀ ਦਾ ਹਵਾਲਾ ਦਿੱਤਾ ਹੈ ਤੁਸੀਂ ਇਸ ਤੋਂ ਇਹਨਾਂ ਦੀ ਰਿਹਾਈ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਮੰਗ ਰੱਖੀ ਹੈ ਉਹ ਪਟੀਸ਼ਨ ਦੇ ਵਿੱਚ ਅਜੇ ਚ ਅਸੀਂ ਇਹ ਕਹਿ ਕੇ ਰਿਹਾਈ ਤੋਂ ਇਲਾਵਾ ਜਿਹੜੇ ਗਿਲਟੀ ਅਫੀਸ਼ਰਸ ਹੈਗੇ ਉਹਨਾਂ ਦੇ ਅਗੇਂਸਟ ਐਸ ਪਰ ਲਾ ਜਿਹੜੀ ਕਿ ਇਲੀਗਲ ਡਿਟੈਂਸ਼ਨ ਪੰਦੀ ਹੈ ਉਹਨਾਂ ਦੇ ਸੈਂਟੈਂਸ ਕੰਪਲੀਟ ਹੋਣ ਤੋਂ ਬਾਅਦ ਉਹਦੇ ਅਗੇਂਸਟ ਐਫ ਆਈ ਆਰ ਦਰਜ ਕੀਤੀ ਜਾਵੇ ਉਹਨਾਂ ਨੂੰ ਔਰ ਇਹਨਾਂ ਨੂੰ ਜਿਹੜੇ ਡਿਟੇਨਿਸ ਰਿਹਾ ਕੋਟ ਕਰਦੀਏ ਇਹਨਾਂ ਨੂੰ ਐਗਜ਼ੈਂਪਲਰੀ ਕੰਪਨਸੇਸ਼ਨ ਦਿੱਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਇੱਕ ਮੈਸੇਜ ਆਵੇ ਕਿ ਇਸ ਤਰ੍ਹਾਂ ਦੇ ਗਲਤ ਜਿਹੜੇ ਅ ਅਹੁਦੇਦਾਰ ਬੰਦੇ ਜਿਹੜੇ ਗਲਤ ਆਪਣੀ ਪਾਵਰਸ ਦਾ ਮਿਸਯੂਜ਼ ਕਰਦੇ ਜਾਂ ਉਹ ਸਹੀ ਯੂਜ਼ ਕਰਨਾ ਨਹੀਂ ਜਾਂਦੇ ਉਹਨਾਂ ਨੂੰ ਇੱਕ ਸਜ਼ਾ ਦੇ ਤੌਰ ਤੇ ਮਿਲੀ ਜਾਵੇ ਤੁਸੀਂ ਜਦੋਂ ਇਹ ਪਟੀਸ਼ਨ ਦਾਖਲ ਕੀਤੀ ਸੀਗੀ ਤੁਹਾਡੀ ਇਸ ਤੋਂ ਪਹਿਲਾਂ ਪਾਈ ਗੁਰਬਖਸ਼ ਸਿੰਘ ਖਾਲਸਾ ਜੀ ਨਾਲ ਮੁਲਾਕਾਤ ਹੋਈ ਸੀ ਸਾਡੀ ਗੁਰਬਖਸ਼ ਸਿੰਘ ਖਾਲਸਾ ਜੀ ਨਾਲ ਮੁਲਾਕਾਤ ਨਹੀਂ ਸੀ ਹੋ ਪਾਈ ਪਰ ਡਾਕਟਰ ਸਾਹਿਬ ਉਹਨਾਂ ਦੇ ਨਾਲ ਹੁੰਦੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਸਾਨੂੰ ਕਾਫੀ ਇਨਫੋਰਮੇਸ਼ਨ ਉਹਨਾਂ ਨੇ ਮੁਹੱਈਆ ਕਰਾਈ ਹੈ ਤੇ ਉਹਦੇ ਬੇਸਿਸ ਤੇ ਹੀ ਅਸੀਂ ਫਿਰ ਪਹਿਲੇ ਥੋੜੇ ਦਿਨ ਦੇਖਦੇ ਰਹੇ ਕਿ ਸ਼ਾਇਦ ਆਪਣੇ ਆਪ ਕੁਝ ਹੋ ਜਾਏ ਪਰ ਫਿਰ ਅਲਟੀਮੇਟਲੀ ਸਾਨੂੰ ਲੱਗਿਆ ਕਿ ਇਨਜਸਟਿਸ ਦੇ ਖਿਲਾਫ ਸਾਨੂੰ ਵੀ ਕੁਝ ਯੋਗਦਾਨ ਪਾਉਣਾ ਚਾਹੀਦਾ ਸੀ ਠੀਕ ਹੈ ਜੀ ਕੀ ਲੱਗਦਾ ਹੈ ਕਿ ਤੁਹਾਨੂੰ ਕਿ ਜਿਹੜਾ ਇਹ ਮੋਹਮ ਸ਼ੁਰੂ ਕੀਤੀ ਗਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਕੀ ਉਹਨਾਂ ਨੂੰ ਪਹਿਲਾਂ ਇੱਕ ਕਾਨੂੰਨੀ ਕਾਰਵਾਈ ਕਰਕੇ ਹੀ ਚੱਲਣਾ ਚਾਹੀਦਾ ਸੀ ਦੇਖੋ ਇਹ ਆਪਣੀ ਆਪਣੀ ਸੋਚ ਹੈ ਅਸੀਂ ਲੋਕ ਕਾਨੂੰਨ ਨਾਲ ਜੁੜੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਕਾਨੂੰਨੀ ਵੈਸੇ ਤਾਂ ਇਹ ਕਾਨੂੰਨੀ ਲੜਾਈ ਹੈ ਕਿਉਂਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾਈ ਤੇ ਕੋਰਟ ਜਾਂ ਗਵਰਨਮੈਂਟ ਹੀ ਕਰ ਸਕਦੀ ਹੈ ਮਗਰ ਜੇ ਉਹ ਪ੍ਰਦਰਸ਼ਨ ਦੇ ਰਹੇ ਆਂ ਕਮ ਸੇ ਕਮ ਅਸੀਂ ਉਹਨਾਂ ਦੀ ਮੂਵਮੈਂਟ ਨੂੰ ਇਸ ਕਰਕੇ ਠੀਕ ਕਹਿਨੇ ਕਿ ਕਮ ਸੇ ਕਮ ਉਹਨਾਂ ਦੀ ਮੂਵਮੈਂਟ ਨਾਲ ਸਾਡੀ ਅਟੈਂਸ਼ਨ ਜਿਹੜੀ ਆ ਉਹਨਾਂ ਵੱਲ ਗਈ ਸ਼ਾਇਦ ਸਾਨੂੰ ਪਤਾ ਨਾ ਲੱਗਦਾ ਕਿ ਉਹ ਇੰਟੈਂਸ਼ਨ ਨਾਲ ਆਪਣੀ ਸ਼ੋਅ ਕਰ ਦਿੱਤਾ। ਦਲੀਪ ਜੀ ਜਿਵੇਂ ਕਿ ਦੇਖਿਆ ਜਾ ਰਿਹਾ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੀ ਜੋ ਲਹਿਰ ਹੈ ਨੂੰ ਲੋਕਾਂ ਦੀ ਲੋਕ ਲੋਕ ਲਹਿਰ ਨੂੰ ਪੂਰੀ ਹਮਾਇਤ ਮਿਲ ਰਹੀ ਹੈ ਸੈਸਦਾਨ ਕਲਾਕਾਰ ਉਹਨਾਂ ਦੇ ਸਮਰਥਨ ਤੇ ਆ ਰਹੇ ਨੇ ਕੀ ਲੱਗਦਾ ਹੈ ਕਿ ਕੋਰਟ ਇਹਨਾਂ ਦੇ ਜੋ ਲੋਕ ਲਹਿਰ ਨੂੰ ਦੇਖ ਕੇ ਕੋਈ ਫੈਸਲਾ ਲਵੇਗੀ ਬੰਦੀਆਂ ਦੇ ਹੱਕ ਦੇ ਵਿੱਚ ਐਕਚੁਅਲੀ ਕੋਰਟ ਜਿਹੜੀ ਹੈ ਜੁਡੀਸ਼ੀਅਲ ਸਿਸਟਮ ਆਪਣੇ ਹਿਸਾਬ ਨਾਲ ਚੱਲਦਾ ਹੈ ਮਗਰ ਲੋਕ ਲਹਿਰ ਹਮੇਸ਼ਾ ਉਸ ਮੁੱਦੇ ਨਾਲ ਹੀ ਜੁੜਦੀ ਹੈ ਜਿਦੇ ਵਿੱਚ ਜਸਟਿਸ ਹੁੰਦਾ ਹੈ ਸੋ ਮੈਂ ਕਹਿੰਦਾ ਕਿ ਸਰਦਾਰ ਗੁਰੂਬਖਸ਼ ਸਿੰਘ ਜੀ ਖਾਲਸਾ ਜੀ ਦੀ ਜਿਹੜੀ ਮੂਵਮੈਂਟ ਹੈ ਉਹਦੇ ਚ ਇੱਕ ਇਨਜਸਟਿਸ ਛੁਪਿਆ ਹੋਇਆ ਹੈ ਜਿਹਦੇ ਖਿਲਾਫ ਉਹ ਲੜਾਈ ਲੜ ਰਹੇ ਔਰ ਇਨਜਸਟਿਸ ਨੂੰ ਜਸਟਿਸ ਦੇਣਾ ਉਹੀ ਕੋਰਟ ਦਾ ਕੰਮ ਹੈ ਅਸੇ ਕਰਕੇ ਅਸੀਂ ਉਹਨੂੰ ਟੈਂਪਲ ਆਫ ਜਸਟਿਸ ਕਹਿੰਦੇ ਆ ਕੀ ਪੰਜਾਬ ਤੋਂ ਬਾਹਰ ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿ ਜਿਵੇਂ ਕਿ ਬੰਦੀ ਸਿੱਖਾਂ ਨੂੰ ਕੋਈ ਕੋਈ ਇਸ ਤਰ੍ਹਾਂ ਦੇ ਹੋਣ ਤਾਂ ਪੰਜਾਬ ਸਰਕਾਰ ਕੋਈ ਨੋਟਿਸ ਲੈ ਸਕੇ ਇਸ ਤੇ ਨਹੀਂ ਪੰਜਾਬ ਸਰਕਾਰ ਅਸੀਂ ਅਗਰ ਇੰਟਰਨੈਸ਼ਨਲ ਲੈਵਲ ਤੇ ਵੀ ਕਿਸੇ ਸਾਡੇ ਬੰਦੇ ਨਾਲ ਹੁਣ ਪਿੱਛੇ ਦੀ ਦੇਵਿਆਣੀ ਦੇ ਕੇਸ ਦੇ ਵਿੱਚ ਅਸੀਂ ਆਪਣੇ ਨੈਸ਼ਨਲ ਲੈਵਲ ਤੇ ਗਵਰਨਮੈਂਟ ਨੇ ਆਪਣਾ ਐਕਸ਼ਨ ਲੇਤਾ ਹੈ ਤੇ ਐਸੀ ਤਰ੍ਹਾਂ ਹੀ ਸਟੇਟ ਵੀ ਜਿਹੜੀ ਹੈ ਅਗਰ ਉਹ ਨੈਸ਼ਨਲ ਲੈਵਲ ਤੇ ਜਾਂ ਅਲੱਗ-ਅਲੱਗ ਸਟੇਟ ਦੇ ਚੀਫ ਮਿਨਿਸਟਰਸ ਨਾਲ ਕੰਟੈਕਟ ਕਰਦੇ ਤਾਂ ਡੈਫੀਨਿਟਲੀ ਹੋ ਸਕਦਾ ਸੀਗਾ ਜੀ ਜੀ ਕੀ ਤੁਹਾਨੂੰ ਮੈਂ ਮਨਦੀਪ ਜੀ ਤੁਹਾਡੇ ਕੋਲ ਮੈਂ ਸਵਾਲ ਪੁੱਛਣਾ ਚਾਹੁੰਦਾ ਵਾਂ ਜੋ ਤੁਸੀਂ ਇਹ ਪਟੀਸ਼ਨ ਦਾਖਲ ਕੀਤੀ ਕਿ ਤੁਹਾਨੂੰ ਵੀ ਲੱਗਾ ਕਿ ਲੋਕ ਲਹਿਰ ਬਣਦੀ ਜਾ ਰਹੀ ਹੈ ਇੱਕ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਪਿੱਛੇ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਕਿ ਤੁਹਾਨੂੰ ਕੀ ਲੱਗਾ ਕਿ ਸਾਨੂੰ ਪਟੀਸ਼ਨ ਦਾਖਲ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਕੀਤੀ ਅਸੀਂ ਇਸ ਕਰਕੇ ਕਹਤੀ ਹੈ ਕਿ ਜਿਹੜੇ ਉਹਨਾਂ ਦੇ ਕਨਵਿਕਸ਼ਨ ਹੈਗੇ ਜਿਹੜੇ ਵੀ ਡਿਟੇਨੀਸ ਹੈ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਉਹਨਾਂ ਨੂੰ ਨਹੀਂ ਰਿਲੀਜ਼ ਕੀਤਾ ਗਿਆ ਉਹਨਾਂ ਨਾਲ ਇਨਜਸਟਿਸ ਹੋ ਰਿਹਾ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਿਹੜੇ ਸਿੰਘ ਹੈ ਜਿਹੜੇ ਕਿੱਥੇ ਕਿੱਥੇ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਬੰਦ ਹੈ ਹਾਂਜੀ ਗੁਰਮੀਤ ਸਿੰਘ ਲਖਵਿੰਦਰ ਸਿੰਘ ਔਰ ਸ਼ਮਸ਼ੀਰ ਸਿੰਘ ਜੀ ਇਹ ਹੈਗੇ ਬੁਰੇਲ ਜੇਲ੍ਹ ਵਿੱਚ ਔਰ ਲਾਲ ਸਿੰਘ ਬ੍ਰਿਯਾਂਤ ਸਿੰਘ ਔਰ ਕੁਰਦੀਪ ਸਿੰਘ ਖੇਰਾ ਇਹ ਪੰਜਾਬ ਮੈਂ ਦਲੇਬ ਜੀ ਤੁਹਾਡੇ ਕੋਲ ਆਨਾਵਾ ਕਿ ਅਦਾਲਤ ਜਦੋਂ ਕਿਸੇ ਵੀ ਦੋਸ਼ੀ ਨੂੰ ਸਜ਼ਾ ਦਿੰਦੀ ਹੈ ਤੇ ਉਹ ਉਸ ਨੂੰ ਸਦਾਰਕਰ ਸਮਝ ਕੇ ਉਹਨੂੰ ਜੇਲ੍ਹ ਦੇ ਵਿੱਚ ਭਜਦੀਏ ਭੇਜਦੀ ਹੈ ਕਿ ਇਹ ਜੇਲ੍ਹ ਜਾ ਕੇ ਸੁਧਰ ਸਕੇ ਕਿ ਇੰਨੀ ਲੰਮੀ ਸਜ਼ਾ ਉਹਨਾਂ ਨੂੰ ਪੁੱਜੇਗੀ ਉਹ ਕਿੰਨੇ ਕੁ ਸੁਧਰ ਚੁੱਕੇ ਹੋਣਗੇ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੇ ਸੁਧਰਨ ਤੋਂ ਬਾਅਦ ਉਹ ਕਿਤੇ ਵਿਗੜ ਨਾ ਜਾਣ ਸਿਚੁਏਸ਼ਨ ਤਾਂ ਵੀ ਇਹ ਆ ਜਾਂਦੀ ਹੈ ਕਿਉਂਕਿ ਨਾ ਇਨਸਾਫੀ ਬਰਦਾਸ਼ਤ ਕਰਨ ਦੀ ਵੀ ਇੱਕ ਹੱਦ ਹੁੰਦੀ ਹੈ ਉਹਨਾਂ ਨੇ ਜੇਕਰ ਕੋਈ ਗਲਤੀ ਕੀਤੀ ਹੈ ਕੋਰਟ ਅਸੀਂ ਇਸ ਵੇਲੇ ਇਸ ਮੁੱਦੇ ਤੇ ਨਹੀਂ ਹੈ ਕਿ ਉਹਨਾਂ ਦੀ ਕਨਵਿਕਸ਼ਨ ਠੀਕ ਸੀ ਜਾਂ ਗਲਤ ਸੀਗੀ ਉਹ ਟ੍ਰਾਇਲ ਹੋਇਆ ਕਨਵਿਕਸ਼ਨ ਹੋਈ ਠੀਕ ਹੈ ਅਸੀਂ ਕਹਿੰਦੇ ਕਿ ਜਦ ਕਨਵਿਕਸ਼ਨ ਜੇ ਅਗਰ ਉਹਨਾਂ ਨੇ ਗਲਤ ਕੀਤਾ ਤੇ ਉਹਨਾਂ ਨੂੰ ਸਜ਼ਾ ਹੋਈ ਮਗਰ ਉਹਨਾਂ ਦੀ ਸਜ਼ਾ ਜਦੋਂ ਪੂਰੀ ਹੋਈ ਔਰ ਉਸ ਤੋਂ ਬਾਅਦ ਉਹਨੂੰ ਨਾ ਛਡਣਾ ਵੀ ਤਾਂ ਗਲਤ ਹੈ ਉਹ ਵੀ ਤਾਂ ਇਨਜਸਟਿਸ ਹੈ ਦਲੀਪ ਜੀ ਜਿਵੇਂ ਕਿ ਕੋਰਟ ਨੇ ਉਹਨਾਂ ਨੂੰ ਉਹਨਾਂ ਦੀ ਕੋਈ ਗਲਤੀ ਹੋਈਗੀ ਤੇ ਉਹਨਾਂ ਨੇ ਉਹਨੂੰ ਸਜ਼ਾ ਦਿੱਤੀ ਉਹਨਾਂ ਦੀ ਸਜ਼ਾ ਜਿੰਨੀ ਚ ਸਜ਼ਾ ਦਿੱਤੀ ਉਹਨਾਂ ਨੇ ਪੂਰੀ ਕਰ ਲਈ ਪਰ ਹੁਣ ਇਹ ਕੋਰਟ ਦਾ ਆਪਣਾ ਫਰਜ਼ ਨਹੀਂ ਸੀ ਬੰਦਾ ਕਿ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਉਹਨਾਂ ਦੀ ਕੋਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਛਡਾਉਣ ਦੇ ਵਾਸਤੇ ਨਹੀਂ ਇਸ ਤਰ੍ਹਾਂ ਹੁੰਦਾ ਜੇ ਜਿਹੜੇ ਕੋਰਟ ਦੇ ਵਿੱਚ ਕਨਵ ਕਿਉਂਕਿ ਜੇਲਾ ਚ ਕੌਣ ਬੰਦਦਾ ਉਹਦੇ ਕਦੋਂ ਟਰਮ ਪੂਰਾ ਹੋ ਗਿਆ ਕਦੋਂ ਨਹੀਂ ਕਦੋਂ ਉਹਨਾਂ ਨੇ ਰਿਲੀਜ਼ ਹੋਣਾ ਇਹ ਜੇਲ੍ਹ ਦਾ ਕੰਮ ਹੈ ਇਹ ਜੇਲੇ ਥੋਟੀ ਦਾ ਜਾਂ ਸਟੇਟ ਦਾ ਕੰਮ ਹੈ ਠੀਕ ਹੈ ਕੰਸਰਨ ਸਟੇਟ ਦਾ ਕੰਮ ਹੈ ਕੋਰਸੇ ਵਿੱਚ ਤੇ ਜਿਹੜਾ ਮੈਟਰ ਜਾਏਗਾ ਉਸੇ ਨੂੰ ਟੇਕ ਅਪ ਕਰਨਗੇ ਉਹ ਹੁਣ ਜਿਹੜੇ ਕੇਸ ਇਸ ਤਰ੍ਹਾਂ ਪੰਜਾਬ ਤੋਂ ਬਾਹਰ ਚੰਡੀਗੜ੍ਹ ਦੇ ਵਿੱਚ ਬੜੈਲ ਜੇਲ੍ਹ ਦੇ ਵਿੱਚ ਆ ਜਿਵੇਂ ਜਿਤਨਾ ਕਿ ਮੈਡਮ ਨੇ ਦੱਸਿਆ ਕਿ ਹੁਣ ਉਹਨਾਂ ਦੇ ਕੋਈ ਰਾਜਪਾਲ ਉਹ ਰਾਜਪਾਲ ਦੇ ਹੱਥ ਵਸ ਹੈਗਾ ਉਹਨਾਂ ਨੂੰ ਰਿਹਾ ਕਰਨ ਦਾ ਅਗਰ ਰਾਜਪਾਲ ਜੀ ਕਰਜੇ ਤਾਂ ਬਹੁਤ ਅੱਛੀ ਗੱਲ ਹੈ ਜਿੱਦਾਂ ਜ ਜਦੋਂ ਜਦੋਂ ਕਿ ਪੰਜਾਬ ਸਰਕਾਰ ਬਾਦਲ ਸਾਹਿਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਹੱਥ ਖੜੇ ਇਸ ਬਨੋਰ ਉਹ ਇਹ ਰਹਾ ਨਹੀਂ ਕਰ ਸਕਦੇ ਪੰਜਾਬ ਦੇ ਰਾਜਪਾਲ ਉਹ ਜੋ ਮਰਜ਼ੀ ਕਰ ਸਕਦੇ ਉਹ ਰਹਾ ਕਰ ਸਕਦੇ ਉਹਨਾਂ ਦੇ ਹੱਥ ਵਾਸਤੇ ਨਹੀਂ ਕਨਸਟੀਟਿਊਸ਼ਨ ਚ ਆਰਟੀਕਲ 72 ਜਿਹੜਾ ਹੈ ਉਹ ਰਾਜਪਾਲ ਨੂੰ ਪਾਵਰ ਹੁੰਦਾ ਹੈ ਕਿ ਕਿਸੇ ਨੂੰ ਮਾਫੀ ਦੇ ਦੇਣ ਮਗਰ ਗੱਲ ਇਸ ਲਈ ਮਾਫੀ ਦੀ ਨਹੀਂ ਹੈ ਕਿਉਂਕਿ ਮਾਫੀ ਸਜ਼ਾ ਦੇ ਖਿਲਾਫ ਹੁੰਦੀ ਹੈ ਇਸ ਲਈ ਅਸੀਂ ਇਸ ਮੁੱਦੇ ਤੇ ਹੈ ਕਿ ਉਹਨਾਂ ਦੀ ਸਜ਼ਾ ਤੇ ਪੂਰੀ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਕਿਉਂ ਹੁਣ ਉਹਨਾਂ ਨੂੰ ਮਾਫੀ ਦੀ ਕੀ ਲੋੜ ਹੈ ਹਾਂਜੀ ਹਾਂਜੀ ਹੁਣ ਤੇ ਉਹਨਾਂ ਦਾ ਰਾਈਟ ਬੰਦ ਹੈ ਕਿ ਉਹ ਜਿਲਤਵਾਰਾਂ ਕੀ ਤੁਹਾਨੂੰ ਲੱਗਦਾ ਜਿਹੜੀ ਤੁਸੀਂ ਪਟੀਸ਼ਨ ਦਾਖਲ ਕੀਤੀ ਹੈ ਇਹਦਾ ਉਹਨਾਂ ਨੂੰ ਕਾਫੀ ਲਾਭ ਮਿਲੇਗਾ ਜਿਹੜੀ ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਉਹਨਾਂ ਨੇ ਸੰਘਰਸ਼ ਛੇੜਿਆ ਅਸੀਂ ਇਨਜਸਟਿਸ ਦੇ ਖਿਲਾਫ ਇਹ ਪਟੀਸ਼ਨ ਫਾਈਲ ਕੀਤੀ ਹੈ ਔਰ ਅਸੀਂ ਤੇਹੀ ਚਾਹਾਂਗੇ ਕਿ ਸਾਡੀ ਪਟੀਸ਼ਨ ਵੀ ਸਕਸੈਸਫੁਲ ਹੋਏ ਔਰ ਗੁਰਬਖਸ਼ ਸਿੰਘ ਜੀ ਗੁਰਬਖਸ਼ ਸਿੰਘ ਖਾਲਸਾ ਜੀ ਦੀ ਜਿਹੜੀ ਮੂਵਮੈਂਟ ਹੈ ਕਿਉਂਕਿ ਉਹ ਵੀ ਇਨਜਸਟਿਸ ਦੇ ਖਿਲਾਫ ਹੈ ਤੇ ਅਸੀਂ ਇੱਕੋ ਮੁੱਦੇ ਤੇ ਲੜ ਰਹੇ ਕੀ ਜਿਹੜੇ ਬੰਦੀ ਸਿੰਘ ਆ ਜਿਹੜੇ ਜ਼ਿਲਾਂ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਕੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਨੇ ਹਾਲੇ ਤੱਕ ਕਿਸੇ ਨੇ ਪਰਵਾਹ ਨਹੀਂ ਕੀਤੀ ਅਸੀਂ ਆਪ ਸਾਨੂੰ ਆਪ ਹੀ ਮਹਿਸੂਸ ਹੋਇਆ ਕਿ ਇਨਜਸਟਿਸ ਹੋਇਆ ਹੈ ਦੇ ਖਿਲਾਫ ਸਾਨੂੰ ਕੁਝ ਕਰਨਾ ਚਾਹੀਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ